ये जो वीडियो बनाया जा रहा फिल्म पर आप साढ़े मान लो बड़े वीर ज्ञानी गुरबचन सिंह जी हमदार साहब जी के ग्रह विखे सरदार अजीत सिंह सोल साहब का यह विचार बनया थी कि जिस तरह अज तो 15-20 साल पहले भाई साहब भाई दीदार सिंह जी ज्ञान सिंह जी सुरजीत ते ज्ञानी गुरबचन सिंह जी हमदार साहब जी सिंह ते हिंदुस्तान अंदर सिख संगत की कीर्तन राही सेवा करते रहे हैं उस शक्ल में पूरा जथा बैठ के श्री आसा जी वार का कीर्तन करे फिर यह फिल्म बनाई जाए तो उन्होंने विचार अनुसार उन्होंने ख्याल अनुसार श्री आसा जी वार का कीर्तन आरंभ हो रहा है। आप सारे प्यार श्रवण करो कि तकना जरा कि प्यार पुराने जथे ने किस तरह सिख संगत इकट्ठिया रह के कीर्तन का प्रवाह चलाया से हूँ भी आज बैठ के कीर्तन श्री आसा जी वार का कर रहे हैं। प्यार श्रवण करो जे तू तुठा कृपा निधान ना तू जावे खा ये माई मुतड़ी आसा वाला चौथा शंकर चौथा तान तान श्री गुरु रामदास साहिब जी हरे अमृत में ये सोचन मैं सुर चढ़े हजार इत चन हों गुण को दान नान गुण चेतने मन अपने सुचे छुट्टे दिन पार जो सुन देखे इतेंद्र छुटिया पवनान सोना फलिए फुलिए बबड़े आपने जीवना गुरु सदिया
सजे तेरे करने सर विचार सचा तेरा अमृत दीवान सचा तेरा पुष्ट प्रमाण सजा तेरा कर सचा निशान सजे तुझा कर करूण सजे सतान सचे सबजूर सची तेरी सिर सची साराय सची तेरी कुदरत सचे पासा नानक सच्चन सच जो मर जमे सुखा जन कच वाला पहला बड़ी बड़ा ये वड़ा ना बड़ी बड़ा सजनिया बड़ी बड़ा नेजर था बड़ी बड़ा जाने लाओ बड़ी बड़ा तुझे सपाओ बड़ी बड़ा ये कुछ ना बड़ी बड़ी नया प्यार नान काट कठनी जाए गीता करना सब जाए माना रुझान ये जग सत्य की है कोठड़ी सत्य का विश्वास एक ना तुम समझे ਸਮਾਜ ਸੰਜੋਗ ਸਮਾਜ ਸੰਜੋਗ ਸਮਾਜ ਤੋਂ ਸਮਾਜ ਪੋ ਸਮਾਜ ਸੇ ਸਮਾਜ ਸਲਾਹ ਸਮਾਜ ਉਜੜ ਸਮਾਜ ਸਮਾਜ ਨੇੜਾ ਸਮਾਜ ਤੂੰ ਸਮਾਜ ਵੇਖੇ ਹਾਜਾ ਜੂ ਵੇਖ ਉਡਾ ਰਿਹਾ ਸਮਾਜ ਸੰਸਾਰ ਕੁਦਰਤ ਪਤਾ ਲਿਆ ਕਾਸੀ ਕੁਦਰਤ ਸਜਾਕਾਰ
ਬਦੀਆਂ ਕੁਦਰਤ ਮਾਨੀਏ ਬਿਮਾਰ ਕੁਦਰਤ ਪੌਣ ਪਾਣੀ ਮੈਂ ਸੰਤਰੇ ਕੁਦਰਤ ਧਰਤੀ ਖਾਰ ਸਭ ਤੇਰੀ ਕੁਦਰਤ ਤੂੰ ਕਦਰ ਕਰਦਾ
Sana Nandra, 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 Nandra,
ਭਗਤ ਭੰਡਾਰ ਗੁਰ ਸਤਿਗੁਰ ਪਾਸੇ ਬੇਨਤੀ
ਸਬਦੰ ਗਿਆਨ ਸਬਦੰ ਵੇਦ ਸਬਦੰ ਬ੍ਰਹਮਣ ਖਤਰੀ ਸਬਦੰ ਸੂਰ ਸਬਦੰ ਸੂਤਰ ਸਬਦੰ ਪ੍ਰਕਿਰਤ ਸਰਬ ਸਬਦ ਇੱਕ ਸਬਦੰ ਜੇ ਕੋ ਜਾਣ ਪੇ ਨਾਨਕ ਤਾਂ ਕਾ ਦੱਸ ਹੈ ਕਾਰਣਾ ਦੇਵੇ ਹੋ ਨਾ ਪਤਾਰੀਏ ਸਿਮਰਨ ਗੱਡੀਏ ਜਿਤਰਾ ਨਿਕੇ
ਨਹੀਂ ਦੇਦਾ ਸਾਰੇ ਮਾਰੇ ਦਾ ਸਾਰੇ ਮਾਪਾ ਮਾਰੇ ਦਾ ਸਾਰੇ ਮਾਪਾ ਨੀ ਮਾਪਾ ਮਾਰੇ ਦਾ ਸਾਰੇ ਮਾਪਾ ਨੀ ਪਾਣੀ ਪਾਪਾ ਨੀ ਮਾਰੇ ਦਾ ਨੀ 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 ਪਾਪਾ ਮਾਮਾ ਰੇ ਰੇ ਨੀ ਨੀ ਰੇ ਰੇ ਸਾ ਰੇ ਰੇ ਸਾ mare da pa mare ni pa ta ni de sa ma ba ni sa re re ni pa ni de sa sa re sa ni sa ni pa ni pa ma pa ma de re re sa sa ni ni pa pa ma ma re re sa sa re sa re sa ma ne ta ne me de ma le ta di re re ya ma ne ta ne ma ਮਹਾਂ ਵਿਖਿਆ ਦੇ
ਲੇਕਿਨ ਮਸਤਕ ਤੁਰੇ ਹਾਰ ਲਿਖਿਆ ਤੇਰਾ ਸਤਿਗੁਰ ਮਿਲਿਆ ਰਾਮ ਰਾਜੇ ਅਗਿਆਨ
Hey.
Na
ਦੇਵਤਾ ਬਣੀ ਦੇਵਤਾ ਬਸੰਤਰ ਦੇਵਤਾ ਨੂੰ
ਮੰਗਣ ਪਿਆ ਪੰਡੋ ਐ ਦੋਸਤੀ ਪੰਡੋ ਚੱਲਣਾ ਪੰਡ ਮੁਆ ਪੰਡ ਪਾ ਲੀਏ ਪੰਡੋ ਵੈ ਬੰਦਾ ਸੁਖ ਮਨਾਇਆ ਖਿਆ ਜਿਤ ਜਾ ਮੇਰਾ ਗੋ ਪੰਡੋ ਹੀ ਪੰਡ ਉਪਜੇ ਪੰਡੇ ਬਾਜ ਨ ਕੋਏ ਨਾਨ ਪੰਡੇ ਵਾਰਾ ਕੁਛ ਜਸੋ After almost a Yeah.
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 ਸਾਹਿਬ ਜੀ ਦਾ ਪ੍ਰਣਾਮ ਇੱਕ ਨਾਮ ਗਲੀ ਦਿੰਦੀ ਰਿਆ ਕਿਰਿਆ ਆਪ ਕਰਾਇ ਕਰਿਆ ਬੰਦ ਰਾਮਦਾਸ ਸਰੂਪ ਨਿਰਮਲ ਹੋਏ ਕਾਲੀ ਸਲਾ
ਸਰਦਾਰ ਭੁਪਿੰਦਰ ਸਿੰਘ ਜੀ ਤੇ ਸਤਵਿੰਦਰ ਸਿੰਘ ਜੀ ਤੇ ਹੋਰ ਬੱਚੀਆਂ ਰਾਜਵਿੰਦਰ ਕੌਰ ਤੇ ਰਾਜਪਾਲ ਨਵੇਂ ਨਾਂ ਗੜਦਾ ਰਾਜਪਾਲ ਕੌਰ ਤੇ ਸੁਰਿੰਦਰ ਕੌਰ ਸੁਰਿੰਦਰ ਕੌਰ ਤੇ ਕਾਕਾ ਦਵਿੰਦਰ ਸਿੰਘ ਜੀ ਸਾਰਾ ਪਰਿਵਾਰ ਇੰਗਲੈਂਡ ਵਿੱਚ ਹੈ। ਸਤਿਗੁਰੂ ਸਾਰਿਆਂ ਦਾ ਮੇਲ ਮਿਲਾਪ ਬਣਾਈ ਰੱਖੇ ਤੇ ਚੜ੍ਹਦੀਆਂ ਕਲਾ ਲੰਬੀ ਆਦਿ ਬਖਸ਼ਿਸ਼ ਕਰੇ। ਇਸੇ ਤਰ੍ਹਾਂ ਸਮਾਗਮ ਰੱਖਦੇ ਰਹਿਣ ਤੇ ਇਕੱਠੇ ਹੋ ਕੇ ਬੈਠਦੇ ਰਹੀਏ ਤੇ ਮੈਂ ਇੰਗਲੈਂਡ ਜਾਊਂ। ਇਸ ਡੁਪਲੀਕੇਟ ਹੋਣਾ ਹੈ ਫਿਲਮ ਅੰਦਰ ਇੰਗਲੈਂਡ ਵਾਲਿਆਂ ਨੂੰ ਵੀ ਜੋ ਸਾਰੇ ਸਾਡੇ ਉਹਦੇ ਪਰਿਵਾਰ ਦੇ ਜੀਵ ਰਹਿੰਦੇ ਹਨ ਉਹਨਾਂ ਨੂੰ ਇਸ ਸਮਾਗਮ ਦੀ ਵਧਾਈ ਦਿੰਦਾ ਹਾਂ ਤੇ ਸਾਰਿਆਂ ਨੂੰ ਹੀ ਕਾਕਾ ਜੋਤੀ ਜੀ, ਰਣਵੀਰ ਸਿੰਘ, ਜਸਵੀਰ ਕੌਰ ਤੇ ਕਰਮਜੀਤ ਕੌਰ ਮਾਤਾ ਜੀ ਤੇ ਹੋਰ ਸਾਰਿਆਂ ਨੂੰ ਹੀ ਜਿੰਨੇ ਵੀ ਸਾਡੇ ਦੋਸਤ ਮਿੱਤਰ ਹਨ ਸਾਰਿਆਂ ਨੂੰ ਫਤਿਹ ਬੁਲਾਉਂਦੇ ਹਾਂ। ਸਰਦਾਰ ਤੀਰਥ ਸਿੰਘ ਜੀ, ਖਾਸ ਕਰ ਢਿੱਲੋਂ ਸਾਹਿਬ, ਉਹਨਾਂ ਨੂੰ ਵੀ ਭਾਈ ਸਾਹਿਬ ਭਾਈ ਦੀਦਾਰ ਸਿੰਘ ਜੀ ਤੇ ਸਾਡੇ ਤੀਰਥ ਸਿੰਘ ਰਾਏ ਮਹਾਰਾਜ ਗੋਤ ਬਦਲਾਈ ਜਾਂਦੇ ਹਨ, ਸਾਡੇ ਬੜੇ ਪਰਮ ਮਿੱਤਰ ਹਨ, ਪ੍ਰੇਮ ਨਾਲ ਰਹਿੰਦੇ ਹਨ, ਉਹਨਾਂ ਨੂੰ ਵੀ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਫਤਿਹ ਬੁਲਾਉਂਦੇ ਹਾਂ। ਹੋਰ ਵੀ ਸਾਡੇ ਦੋਸਤ ਮਿੱਤਰ ਜਿੰਨੇ ਵੀ ਸਾਰੇ ਇੰਗਲੈਂਡ ਵਿੱਚ ਰਹਿੰਦੇ ਹਾਂ ਸਾਰਿਆਂ ਨੂੰ ਸਾਡੇ ਸਾਰੇ ਜੱਥੇ ਵੱਲੋਂ ਤੇ ਅਜੀਤ ਸਿੰਘ ਸੋਹਲ ਸਾਹਿਬ ਵੱਲੋਂ ਸਾਰਿਆਂ ਵੱਲੋਂ ਫਤਿਹ ਹੈ। ਗਿਆਨੀ ਚਰਨ ਸਿੰਘ ਜੀ ਉਹ ਵੀ ਇਸ ਸਮਾਗਮ ਵਿੱਚ ਬੈਠੇ ਹਨ, ਸਾਡਾ ਸਾਥ ਦੇ ਰਹੇ ਹਨ ਤੇ ਉਹ ਵੀ ਸਾਰੇ ਦੋਸਤਾਂ ਮਿੱਤਰਾਂ ਨੂੰ ਫਤਿਹ ਬੁਲਾਉਂਦੇ ਹਨ। ਹੁਣ ਇੱਥੇ ਹੀ ਸਮਾਪਤੀ ਕਰਦੇ ਹਾਂ। ਸਾਰੇ ਇੰਗਲੈਂਡ ਵਾਲੇ ਸਾਡੀ ਇਹ ਯਾਦ ਨੂੰ ਆਪਣੇ ਦਿਲ ਵਿੱਚ ਸੰਭਾਲ ਕੇ ਰੱਖਣ ਤੇ ਸਤਿਗੁਰੂ ਮਿਹਰ ਕਰੇ ਫਿਰ ਇੰਗਲੈਂਡ ਵਿੱਚ ਜਾ ਕੇ ਦੀਦਾਰ ਕਰਾਂਗੇ। ਭੁੱਲਾ ਚੁੱਕਾ ਮਾਫ, ਸਾਰੇ ਜਣੇ ਹੁਣ ਮਿਲ ਕੇ ਇਹਨਾਂ ਸਾਹਿਬ ਦਾ ਪਾਠ ਕਰਾਂਗੇ। ਰਾਮ ਕਲੀ ਮਹਲਾ ਤੀਜਾ ਆਨੰਦ ਗੋਗਾ ਸਤ ਪ੍ਰਸਾਦ ਆਨੰਦ ਪਿਆ ਮੇਰੇ ਮਾਂ ਮਾਤਾ ਤਤ ਮਹਾਤ ਦਿਵਸਰਾ ਦੁਇ ਤਾਈ ਤਾਇਆ ਖੇਲੇ
Yeah.